ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ ਨਿਊਜ਼ ਚੈਨਲ ਤੇ ਮੈਂ ਹਾਂ ਤਰਸੀਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀ ਹੈ ਸੋਭਾ ਦੀਆਂ ਤਾਜ਼ਾ ਤਰੀਨਾ ਵੱਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰ ਤੋਂ ਪਹਿਲੇ ਇੱਕ ਵਾਰੀ ਨਜ਼ਰ ਮਾਰਦੇ ਹਾਂ ਛੋਟੀਆਂ-ਵੀਆਂ ਖਬਰਾਂ ਤੇ ਪਹਿਲੀ ਛੋਟੀ ਖਬਰ ਹੈ ਕਿ ਵਿਜੀਲੈਂਸ ਵੱਲੋਂ ਸਾਬਕਾ ਕਾਂਗਰਸੀ ਮੰਤਰੀ ਭਾਰਤ ਪੂਸ਼ਣ ਆਸ਼ੂ ਗ੍ਰਿਫਤਾਰ ਕਟਿੰਗ ਦੀ ਦੁਕਾਨ ਵਿੱਚੋਂ ਤਿੱਖਾ ਕਾਬੂ ਪੰਜਾਬ ਦੇ 10 ਤੋਂ 17 ਸਾਬਕਾ ਵਧਾਇਕਾਂ ਨੂੰ ਇਸ ਮਹੀਨੇ ਤੋਂ ਮਿਲੇਗੀ ਇੱਕ ਪੈਨਸ਼ਨ 48 ਸਤੰਬਰ ਤੋਂ 10 ਸਤੰਬਰ ਤੱਕ ਹੋਵੇਗੀ ਆਰਮੀ ਅਗਨੀਵੀਰ ਭਰਤੀ ਰੈਲੀ ਕਾਰ ਸਵਾਰਾਂ ਲਈ ਅਹਿਮ ਖਬਰ ਸਫਰ ਦੌਰਾਨ 12 ਘੰਟੇ ਦੀ ਹੋਈ ਵਾਪਸੀ ਤਾਂ ਨਹੀਂ ਦੇਣਾ ਪਵੇਗਾ ਟੋਲ ਟੈਕਸ ਪੀਐਮ ਮੋਦੀ ਦੇ ਮਹਾਲੀ ਦੌਰੇ ਦੀ ਸੁਰੱਖਿਆ ਦੀ ਨਿਗਰਾਨੀ ਸੀਐਮ ਮਾਨ ਖੁਦ ਕਰ ਰਹੇ ਹੁਣ ਮਾਰਕਫਿਟ ਦੀ ਹੋਵੇਗੀ ਘਰ-ਘਰ ਆਟਾ ਪਹੁੰਚਾਉਣ ਦੀ ਜ਼ਿੰਮੇਵਾਰੀ ਜੀਪੀਐਸ ਅਤੇ ਕੈਮਰਿਆਂ ਵਾਲੇ ਵਾਹਨ ਕਰਨਗੇ ਡਿਲੀਵਰੀ ਪੰਜਾਬ ਸਰਕਾਰ ਨੇ ਸਿੱਖਿਆ ਭਾਗ ਦੇ ਮੁਲਾਜ਼ਮਾਂ ਨੂੰ ਇਹ ਮੰਗਾਂ ਮੰਨੀਆਂ 10 ਤੰਬਰ ਤੱਕ ਸੰਗਾਰਚ ਵਾਪਸ ਲੈਣ ਦਾ ਐਲਾਨ ਸੋਨੇ ਚਾਂਦੀ ਦੀਆਂ ਕੀਮਤਾਂ ਤੇ ਲਗਾਤਾਰ ਗਿਰਾਵਟ ਜਾਣੋ ਕੀ ਹੈ ਕਾਰਨ ਤੇ ਤਾਜ਼ਾ ਰੇਟ ਦੇਸ਼ ਦੇ ਪੰਜ ਸੂਬੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਰਾਜਸਥਾਨ ਚ ਸੈਕੰਡ ਡੈਮ ਓਵਰਫਲੋ ਸ਼੍ਰੋਮਣੀ ਅਕਾਲੀ ਦਲ ਤੋਂ ਝੜਕਾ ਹਰਿਆਣਾ ਦੇ ਅਹੁਦੇਦਾਰਾਂ ਦੇ ਇਕੱਠੇ ਦਿੱਤੇ ਅਸਤੀਫੇ ਨਵੀਂ ਪਾਰਟੀ ਦਾ ਐਲਾਨ ਯੂਪੀਐਸ ਯੋਗਤਾ ਨਹੀਂ ਲੱਗ ਗਈ ਕੋਈ ਫੀਸ ਵਿੱਤ ਮੰਤਰਾਲੇ ਨੇ ਕੀਤਾ ਸਪਸ਼ਟ ਲੰਪੀ ਰੋਗ ਨਾਲ ਡੇਰੀ ਉਦਯੋਗ ਤੇ ਛਾਇਆ ਸੰਕਟ ਹਲਵਾਈ ਡੇਰੀ ਵਾਲਿਆਂ ਨੇ ਦੁੱਧ ਦੇ ਰੇਟ 'ਚ 20 ਪੈਸੇ ਪ੍ਰਤੀ ਫੈਡ ਵਧਾਉਣ ਤੇ ਬਣਾਈ ਸਹਿਮਤੀ ਤਾਂ ਦੋਸਤੋ ਇਹ ਸੀ ਆਪਣੀ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲਬਾਤ ਕਰਦੇ ਜਿਹਨਾਂ ਖਬਰਾਂ ਦੀ ਵਿਸਤਾਰ ਹਲ ਉਸ ਤੋਂ ਪਹਿਲਾਂ ਜਿਹੜੇ ਦੋਸਤ ਮੇਰੇ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਾਂਡੀ ਦਾ ਬਟਨ ਜਰੂਰ ਦਬਾ ਦੇ ਤਾਂ ਜੋ ਜਿਹੜੀ ਅਸੀਂ ਨਵੀਆਂ ਖਬਰਾਂ ਪਾਇਆ ਕਰਾਂਗੇ ਉਹ ਜੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੂਗੀ ਸ਼ੁਰੂਆਤ ਕਰਦੇ ਆ ਜੀ ਪਹਿਲੀ ਵੱਡੀ ਖਬਰ ਦੀ ਕਿ ਬਿਜਲੈਂਸ ਵੱਲੋਂ ਸਾਬਕਾ ਕਾਂਗਰਸੀ ਮੰਤਰੀ ਭਾਰਤ ਪੋਸ਼ਣ ਆਸ਼ੂ ਗ੍ਰਫਤਾਰ ਕਟਿੰਗ ਦੀ ਦੁਕਾਨ ਵਿੱਚੋਂ ਕੀਤਾ ਕਾਬੂ ਪੰਜਾਬ ਬਿਜ਼ਨਸ ਬਿਊਰੋ ਨੇ ਪੰਜਾਬ ਦੇ ਸਾਬਕਾ ਕਾਂਗਰਸੀ ਫੂਡ ਅਤੇ ਸਪਲਾਈ ਮੰਤਰੀ ਇਹ ਭਾਰਤ ਪੁਸ਼ਨ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਹੈ ਸਾਬਕਾ ਕਾਂਗਰਸੀ ਮੰਤਰੀ ਨੂੰ ਲੁਧਿਆਣਾ ਵਿਖੇ ਇੱਕ ਸੈਲੂਨ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ ਇਸ ਗ੍ਰਿਫਤਾਰੀ ਤੇ ਮੈਂਬਰ ਪਾਰਲੀਮੈਂਟਰ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਜੰਗਲਾਂ ਰਾਜ ਚੱਲ ਰਹੇ ਹਨ ਉਹਨਾਂ ਨੇ ਕਿਹਾ ਕਿ ਟੀਮ ਕੋਲ ਕੋਈ ਕਾਗਜ਼ ਨਹੀਂ ਸੀ ਤੇ ਗ੍ਰਿਫਤਾਰੀ ਤਕੇਸ਼ਾਹੀ ਹੈ ਇਸ ਤੋਂ ਪਹਿਲਾਂ ਸੋਮਵਾਰ ਜਦੋਂ ਪੰਜਾਬ ਪੁਲਿਸ ਦੀ ਟੀਮ ਸਾਬਕਾ ਮੰਤਰੀ ਭਾਰਤ ਪੁਸ਼ਨ ਆਸ਼ੂ ਨੂੰ ਗ੍ਰਿਫਤਾਰ ਕਰ ਲਏ ਪੁਜੀਤਾ ਮੌਕੇ ਤੇ ਮੌਜੂਦ ਕਾਂਗਰਸੀ ਐਮਪੀ ਰਵਨੀਤ ਬਿੱਟੂ ਨੇ ਇਸ ਦਾ ਕੰਮ ਇਸ ਦਾ ਜ਼ਮਕੀ ਵਿਰੋਧ ਕੀਤਾ ਉਹ ਵਿਜੀਲੈਂਸ ਨਾਲ ਖੇਬੜ ਪਏ ਉਹਨਾਂ ਵਿਜੀਲੈਂਸ ਅਧਿਕਾਰੀਆਂ ਨੂੰ ਗ੍ਰਿਫਤਾਰੀ ਦੇ ਕਾਗਜ਼ਾਤ ਵਿਖਾਉਣ ਲੈ ਕੇ ਆ ਉਹਨਾਂ ਨੇ ਵਿਜੀਲੈਂਸ ਦਫ਼ਤਰ ਘੇਰਾਂ ਦੀ ਚੇਤਾਵਨੀ ਵੀ ਦਿੱਤੀ ਹੈ ਪੰਜਾਬ ਦੇ 317 ਸਾਬਕਾ ਵਿਧਾਇਕਾਂ ਨੂੰ ਇਸ ਮਹੀਨੇ ਤੋਂ ਮਿਲੇਗੀ ਇੱਕ ਪੈਨਸ਼ਨ ਪੰਜਾਬ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ ਕਾਨੂੰਨ ਲਾਗੂ ਹੋਣ ਦੇ ਚੱਲਦਿਆਂ ਪੰਜਾਬ ਦੇ 317 ਸਾਬਕਾ ਵਿਧਾਇਕਾਂ ਨੂੰ ਇਸ ਮਹੀਨੇ ਤੋਂ ਇੱਕ ਪੈਨਸ਼ਨ ਮਿਲੇਗੀ ਮਾਨ ਸਰਕਾਰ ਨੇ ਭਾਵੇਂ ਇੱਕ ਵਿਧਾਇਕ ਇੱਕ ਪੈਨਸ਼ਨ ਕਾਨੂੰਨ ਬਣਾ ਕੇ ਪੰਜਾਬ ਤੇ ਪਿਆਹ ਭਾਰੀ ਬੋਝ ਘਟਾ ਦਿੱਤਾ ਹੋਵੇ ਪਰ ਇਹ ਵੀ ਹਕੀਕਤ ਹੈ ਕਿ 16ਵੀਂ ਵਿਧਾਨ ਸਭਾ ਚ ਪਹਿਲੀ ਵਾਰ ਸਭ ਤੋਂ ਵੱਧ ਸਾਬਕਾ ਵਿਧਾਇਕ ਪੈਨਸ਼ਨ ਲੈਣਗੇ ਕਿਉਂਕਿ 16ਵੀਂ ਵਿਧਾਨ ਸਭਾ ਵਿੱਚ ਸਭ ਤੋਂ ਵੱਧ ਨਵੇਂ ਵਿਧਾਇਕ ਚੁਣ ਕੇ ਵਿਧਾਨ ਸਭਾ ਵਿੱਚ ਪਹੁੰਚੇ ਨੇ 15ਵੀਂ ਵਿਧਾਨ ਸਭਾ ਤੱਕ ਸਾਬਕਾ ਵਿਧਾਇਕਾਂ ਦੀ ਗਿਣਤੀ 239 ਸੀ ਜਿੰਨਾਂ ਵਿੱਚੋਂ ਤਿੰਨ ਵਿਧਾਇਕਾਂ ਦੀ ਮੌਤ ਤੋਂ ਬਾਅਦ ਇਹ ਗਿਣਤੀ 236 ਰਹਿ ਗਈ ਹੁਣ ਇਸ ਵਿੱਚ 81 ਸਾਬਕਾ ਵਿਧਾਇਕਾਂ ਦੀ ਗਿਣਤੀ ਜੁੜ ਗਈ ਕਿਉਂਕਿ 2022 ਦੀ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਦੇ ਚੱਲਦੇ ਕਈ ਸਾਬਕਾ ਵਿਧਸ ਵਿਧਾਨ ਸਭਾ ਦੀ ਪੌੜੀ ਨਹੀਂ ਛੱਡ ਸਕੇ 48 ਸਤੰਬਰ ਤੋਂ 10 ਦਸੰਬਰ ਤੱਕ ਹੋਵੇਗੀ ਆਰਮੀ ਅਗੜੀ ਵੀਰ ਭਰਤੀ ਰੈਲੀ ਆਰਮੀ ਅਗਲੀ ਵੀਰ ਭਰਤੀ ਰੈਲੀ ਕੇਵਲ ਮਹਿਲਾਵਾਂ ਦੀ ਭਰਤੀ ਆਰਮੀ ਪਬਲਿਕ ਸਕੂਲ ਪ੍ਰਾਇਮਰੀ ਵਿੰਗ ਮੇਜਰ ਜਨਰਲ ਜਲੰਧਰ ਸੰਗ ਸਪੈਰੋ ਰੋਡ ਜਲੰਧਰ ਕੈਟ ਵਿਖੇ 7 ਦਸੰਬਰ ਤੋਂ 10 ਦਸੰਬਰ ਤੱਕ ਯੋਗ ਉਮੀਦਵਾਰ ਜੋ ਕਿ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਲੁਧਿਆਣਾ ਮੋਗਾ ਰੂਪਨਗਰ ਐਸਐਸ ਨਗਰ ਹੁਸ਼ਿਆਰਪੁਰ ਕਪੂਥਲਾ ਸ਼ਹੀਦ ਭਗਤ ਸਿੰਘ ਨਗਰ ਜਲੰਧਰ ਤਰਨਤਾਰਨ ਬਠਿੰਡਾ ਫਾਜ਼ਿਲਕਾ ਫਰੀਦਕੋਟ ਸ਼੍ਰੀ ਮੁਕਤਸਰ ਸਾਹਿਬ ਅਫਰਵਾਇਪੁਰ ਬਰਨਾਲਾ ਫਤਿਹਗੜ੍ਹ ਸਾਹਿਬ ਪਟਿਆਲਾ ਸਕਰੂਰ ਮਾਨਸਾ ਮਲੇਰਕੋਟਾ ਨਾਲ ਸੰਬੰਧਨ ਦੇ ਉਮੀਦਵਾਰਾਂ ਦੀ ਕੀਤੀ ਜਾਵੇਗੀ ਕਾਰ ਸਵਾਰਾਂ ਲਈ ਅਹਿਮ ਖਬਰ ਸਫ਼ਰ ਦੌਰਾਨ 12 ਘੰਟੇ ਚ ਹੋਈ ਵਾਪਸੀ ਤਾਂ ਨਹੀਂ ਦੇਣਾ ਪਵੇਗਾ ਟੋਲ ਟੈਕਸ ਸੋਸ਼ਲ ਮੀਡੀਆ ਤੇ ਕਈ ਸੰਦੇਸ਼ ਵਾਇਰਲ ਹੋ ਰਹੇ ਨੇ ਇਹ ਲਗਾਤਾਰ ਇੱਕ ਤੋਂ ਬਾਅਦ ਇੱਕ ਸ਼ੇਅਰ ਕੀਤੇ ਜਾ ਰਹੇ ਨੇ ਪਰ ਸੋਸ਼ਲ ਮੀਡੀਆ ਤੇ ਕਈ ਵਾਰ ਵਾਇਰਲ ਹੋ ਰਹੇ ਮੈਸੇਜ ਚ ਕੋਈ ਸੱਚਾਈ ਨਹੀਂ ਹੁੰਦੀ ਇਹ ਨਹੀਂ ਨਹੀਂ ਕਈ ਵਾਰ ਗਲਤ ਮੈਸੇਜ ਵੀ ਤੁਹਾਨੂੰ ਵੱਡੇ ਨੁਕਸਾਨ ਵਿੱਚ ਪਾ ਦਿੰਦੇ ਨੇ ਜਿਹੇ ਵਿੱਚ ਇੱਕ ਵਿਅਕਤੀ ਨੂੰ ਲੱਖਾਂ ਦਾ ਨੁਕਸਾਨ ਹੋਣ ਦਾ ਖਰਚਾ ਵੀ ਹੈ ਹਾਲ ਹੀ ਵਿੱਚ ਇੱਕ ਵਾਇਰਲ ਸੰਦੇਸ਼ 'ਚ ਕੇਂਦਰੀ ਮੰਤਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਜੇ ਕੋਈ ਯਾਤਰੀ 12 ਘੰਟੇ ਯਾਤਰਾ ਤੋਂ ਵਾਪਸ ਆਉਂਦਾ ਹੈ ਤਾਂ ਉਸ ਨੂੰ ਟੋਲ ਟੈਕਸ ਨਹੀਂ ਦੇਣਾ ਪਵੇਗਾ ਪਰ ਸਰਕਾਰ ਨੇ ਆਪਣੇ ਅਧਿਕਾਰਤ ਟਵਿੱਟਰ ਖਾਤੇ ਤੋਂ ਇਸ ਸੰਦੇਸ਼ ਨਾਲ ਜੁੜੀ ਸਚਾਈ ਸਾਂਝੀ ਕੀਤੀ ਹੈ ਆਓ ਤੁਹਾਨੂੰ ਦੱਸਦੇ ਹਾਂ ਇਸ ਵਾਇਰਲ ਮੈਸੇਜ ਵਿੱਚ ਕਿਹਾ ਗਿਆ ਕਿ ਜੇ ਤੁਸੀਂ ਸੋਲ ਪਲਾਜ ਤੇ ਕੱਟੀ ਪਾਚੀ ਪ੍ਰਾਪਤ ਕਰਦੇ ਤਾਂ ਤੁਹਾਨੂੰ ਪੁੱਛਿਆ ਜਾਂਦਾ ਕਿ ਤੁਹਾਨੂੰ ਪਾਚੀ ਇੱਕ ਪਾਸੇ ਦੀ ਕੱਟੀ ਜਾਵੇਗੀ ਜਾਂ ਦੋਵੇਂ ਪਾਸੇ ਦੀ ਇਸ ਲਈ ਅਜੇ ਹੀ ਸੀਟੀ ਵਿੱਚ ਤੁਹਾਨੂੰ ਤੁਹਾਨੂੰ ਉਹਨਾਂ ਨੂੰ 12 ਘਟਾ ਵਾਲੇ ਸਲਿੱਪ ਦੇਣ ਲਈ ਕਿਹਾ ਜਾਵੇਗਾ ਇਹ ਕਹਿਣ ਲਈ ਤੁਹਾਨੂੰ ਪੈਸੇ ਨਹੀਂ ਦੇਣੇ ਪੈਣਗੇ ਇੰਨਾ ਹੀ ਨਹੀਂ ਇਸ ਸੰਦੇਸ਼ ਵਿੱਚ ਹੇਠਾ ਦਿੱਤੀ ਜਾਣਕਾਰੀ ਚ ਕੇਂਦਰੀ ਮੰਤਰੀ ਨਿਤਨ ਗੜਕੀ ਦਾ ਨਾਮ ਵੀ ਦਿੱਤਾ ਗਿਆ ਇਸ ਵਿੱਚ ਭਾਰਤ ਸਰਕਾਰ ਦਾ ਨਾਮ ਵੀ ਦਿੱਤਾ ਗਿਆ ਸਰਕਾਰ ਦੇ ਨਾਂ ਹੋਣ ਕਾਰਨ ਲੋਕਾਂ ਦਾ ਇਸ ਸੰਦੇਸ਼ ਤੋਂ ਭਰੋਸਾ ਉੱਠ ਗਿਆ ਤੇ ਇਹ ਸੰਦੇਸ਼ ਤੇਜ਼ੀ ਨਾਲ ਵਾਇਲ ਹੋ ਰਿਹਾ ਪਰ ਭਾਰਤ ਸਰਕਾਰ ਨੇ ਇਸ ਪਰ ਭਾਰਤ ਸਰਕਾਰ ਨੇ ਇਸ ਸੰਦੇਸ਼ ਬਾਰੇ ਜਾਣਕਾਰੀ ਦਿੱਤੀ ਹੈ ਇਸ ਸੰਦੇਸ਼ ਬਾਰੇ ਭਾਰਤ ਸਰਕਾਰ ਨੇ ਟਵੀਟ ਕਰਕੇ ਕਿਹਾ ਹੈ ਕਿ ਸਰਕਾਰ ਵੱਲੋਂ ਅਜਿਹਾ ਕੋਈ ਵੀ ਦਾਵਾ ਨਹੀਂ ਕੀਤਾ ਗਿਆ ਹੈ ਕਿ ਦਾਵਾ ਪੂਰੀ ਤਰ੍ਹਾਂ ਫਾਰਸੀ ਹੈ ਇਸ ਤੇ ਵਿਸ਼ਵਾਸ ਨਾ ਕਰੋ ਪੀਐਮ ਮੋਦੀ ਦੇ ਮਹਾਲੀ ਦੌਰੇ ਦੀ ਸੁਰੱਖਿਆ ਦੀ ਨਿਗਰਾਨੀ ਸੀਐਮ ਆਨ ਖੁਦ ਕਰ ਰਹੇ ਪ੍ਰਧਾਨ ਮੰਤਰੀ ਨੇਂਦਰ ਮੋਦੀ ਦੀ ਪੰਜਾਬ ਫੇਰੀ ਦੀ ਸੁਰੱਖਿਆ ਦੀ ਨਿਗਰਾਨੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਨੇ ਪਰਧਾਨ ਮੰਤਰੀ ਮੋਦੀ 24 ਅਗਸਤ ਨੂੰ ਚੰਡੀਗੜ੍ਹ ਨਾਲ ਲੱਗਦੇ ਪੰਜਾਬ ਦੇ ਮੁਹਾਲਲੇ ਵਿੱਚ ਟਾਟਾ ਕੈਂਸਰ ਹਸਪਤਾਲ ਦੇ ਉਦਘਾਟਨ ਲਈ ਆ ਰਹੇ ਨੇ ਕੱਲ੍ਹ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੁਸ਼ਟੀ ਕਰਦੇ ਦੱਸਿਆ ਕਿ ਖੁਦ ਮੁੱਖ ਮੰਤਰੀ ਗ੍ਰਹਿ ਵਿਭਾਗ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਨਿਗਰਾਨੀ ਕਰ ਰਹੇ ਹਨ ਤਾਂ ਜੋ ਪ੍ਰਧਾਨ ਮੰਤਰੀ ਦੇ ਦੌਰੇ 'ਚ ਕੋਈ ਪਰੇਸ਼ਾਨੀ ਨਾ ਆ ਸਕੇ ਜਿਸ ਕਜੋਗ ਕੇਸ ਤੋਂ ਪਹਿਲਾਂ ਇਸੇ ਸਾਲ ਦੇ ਸ਼ੁਰੂ ਵਿੱਚ 5 ਜਨਵਰੀ ਨੂੰ ਪ੍ਰਧਾਨ ਮੰਤਰੀ ਦਾ ਫਰੋਹੇ ਪਰ ਦੌਰਾ ਸੀ ਪਰ ਫਰੋਹੇ ਪਰ ਨੇੜੇ ਕਿਸਾਨਾਂ ਨੇ ਰਸਤਾ ਜਾਮ ਕਰ ਦਿੱਤਾ ਸੀ ਜਿਸ ਦੇ ਚਲਦਿਆਂ ਪ੍ਰਧਾਨ ਮੰਤਰੀ ਦਾ ਕਾਫਲਾ ਉੱਥੇ ਤਕਰੀਬਨ 20 ਮਿੰਟ ਤੱਕ ਰੁਕਿਆ ਰਿਹਾ ਫਿਰ ਵਾਪਸ ਪਰਤ ਗਿਆ ਪ੍ਰਧਾਨ ਮੰਤਰੀ ਨੇ ਉਸ ਸਮੇਂ ਫਰੋਹੇ ਪਰ ਦੀ ਪੀਜੀਆਈ ਦੇ ਸੈਟੇਲਾਈਟ ਕੇਨਦਰ ਦਾ ਉਦਘਾਟਨ ਕਰਨਾ ਸੀ ਜੋ ਨਹੀਂ ਹੋ ਸਕਿਆ ਦਿਲਚਸਪ ਗੱਲ ਏ ਵੀ ਹੈ ਕਿ 5 ਜਨਵਰੀ ਦੀ ਇਸ ਘਟਨਾ ਦੀ ਜਾਂਚ ਲਈ ਸੁਪਰੀਮ ਕੋਰਟ ਨੇ ਇੱਕ ਕਮੇਟੀ ਵੀ ਬਣਾਈ ਸੀ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕਮੀ ਲਈ ਕੌਣ ਜ਼ਿੰਮੇਵਾਰ ਸੀ ਇਹ ਰਿਪੋਰਟ ਅਜੇ ਤੱਕ ਜਨਤਕ ਨਹੀਂ ਹੋ ਸਕੀ ਹੈ ਹੁਣ ਮਾਰਕਫਟ ਦੀ ਹੋਵੇਗੀ ਘਰ-ਘਰ ਆਟਾ ਪਹੁੰਚਾਉਣ ਦੀ ਜ਼ਿੰਮੇਵਾਰੀ GPS ਅਤੇ ਕੈਮਰਾ ਵਾਲੇ ਵਾਹਨਾਂ ਕਰਨਗੇ ਡਿਲੀਵਰੀ ਪੰਜਾਬ ਵਿੱਚ 1 ਅਕਤੂਬਰ ਤੋਂ ਸਮਾਰਟ ਕਾਰਡ ਧਾਰਕਾਂ ਦੇ ਘਰ ਆਟਾ ਪਹੁੰਚਾਉਣ ਦੀ ਸਕੀਮ ਸ਼ੁਰੂ ਹੋ ਰਹੀ ਹੈ ਇਸ ਦੇ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਹਰ ਮਹੀਨੇ 75000 ਮੈਟ੍ਰਿਕ ਟਨ ਆਟਾ ਘਰ-ਘਰ ਪਹੁੰਚਾਇਆ ਜਾਵੇਗਾ GPS ਅਤੇ ਕੈਮਰੇ ਵਾਲੇ ਵਾਹਨ ਸਮਾਰਟ ਕਾਰਡ ਧਾਰਕਾਂ ਦੇ ਘਰਾਂ ਤੱਕ ਆਟਾ ਪਹੁੰਚਾਉਣਗੇ ਇਸ ਵਿੱਚ ਤੋਲਣ ਵਾਲੀ ਮਸ਼ੀਨ ਵੀ ਹੋਵੇਗੀ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲਚੰਦ ਕਟਾਰੂ ਚੱਕਰ ਨੇ ਦੱਸਿਆ ਕਿ ਸਰਕਾਰ ਨੇ ਕਣਕ ਦੇਣ ਲਈ ਪਾਨਗ੍ਰੇਨ ਦੀ ਡਿਊਟੀ ਲਗਾਈ ਹੈ ਕਣਕ ਨੂੰ ਪੀਸ ਕੇ ਆਟਾ ਘਰ-ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਮਾਰਕ ਫੜਦੀ ਹੋਵੇਗੀ ਹਰ ਮਹੀਨੇ 1.58 ਕਰੋੜ ਲਾਪਾਤੀਆਂ ਨੂੰ ਹੋਮ ਡਿਲੀਵਰੀ ਦਿੱਤੀ ਜਾਵੇਗੀ ਇਸ ਲਈ ਟਰਾਂਸਪੋਰਟੇਸ਼ਨ ਦੇ ਟੈਂਡਰ ਵੀ ਹੋ ਚੁੱਕੇ ਨੇ ਜੀਪੀਐਸ ਵਾਲੇ ਕੈਮਰੇ ਵਾਲੇ ਵਾਹਨ ਸਮਾਰਕਾ ਤਰਕਾਂ ਦੇ ਘਰਾਂ ਤੱਕ ਆਟਾ ਪਹੁੰਚਾਉਣਗੇ ਉਹਨਾਂ ਦੱਸਿਆ ਕਿ 5 ਕਿਲੋ ਆਟਾ ਮੁਫਤ ਸਪਲਾਈ ਦਿੱਤਾ ਜਾਵੇਗਾ ਜਾਂ ਮਾਮੂਲੀ ਫੀਸ ਅਦਾ ਕਰਨੀ ਪਵੇਗੀ ਇਸ ਬਾਰੇ ਕੈਬਨਿਟ ਮੀਟਿੰਗ ਵਿੱਚ ਫੈਸਲਾ ਜਿਹੜਾ ਕੀਤਾ ਜਾਵੇਗਾ ਪੰਜਾਬ ਸਰਕਾਰ ਨੇ ਸਿੱਖਿਆ ਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ 10 ਤੰਬਰ ਤੱਕ ਸੰਘਰਸ਼ ਵਾਪਸ ਲੈਣ ਦਾ ਐਲਾਨ ਪੰਜਾਬ ਸਰਕਾਰ ਨੇ ਸਿੱਖਿਆ ਭਾਗ ਦੇ ਦਫ਼ਤਰੀ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ ਇਸ ਤੋਂ ਬਾਅਦ ਮੁਲਾਜ਼ਮਾਂ ਨੇ 10 ਤੰਬਰ ਤੱਕ ਕਿਸੇ ਵੀ ਤਰ੍ਹਾਂ ਦੇ ਧਰਨੇ ਦਾ ਫੈਸਲਾ ਉਹ ਵਾਪਸ ਲੈ ਲੈ ਮੁਲਾਜ਼ਮਾ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ 10 ਨਵੰਬਰ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਕੀਤਾ ਜਾਵੇਗਾ ਦੱਸਦੇ ਕਿ ਵੀਰਵਾਰ ਨੂੰ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਦੇ ਰਹਿਣ ਦਾ ਫੈਸਲਾ ਕੀਤਾ ਗਿਆ ਸੀ ਪਰ ਅਗਲੇ ਦਿਨ ਸਰਕਾਰ ਨੇ ਮੁਲਾਜ਼ਮਾਂ ਨੂੰ ਮੀਟਿੰਗ ਲਈ ਬੁਲਾ ਲਿਆ ਮੁਲਾਜ਼ਮਾ ਦਾ ਕਹਿਣਾ ਹੈ ਕਿ 15 ਜੂਨ ਨੂੰ ਮੁਲਾਜ਼ਮਾਂ ਦੀਆਂ ਤਰਕ੍ਹਾਂ ਵਿੱਚ ਕੀਤੇ ਕਿ ਘਟौती ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਪਰ ਅਜੇ ਤੱਕ ਇਹ ਫੈਸਲਾ ਵਾਪਸ ਨਹੀਂ ਲਿਆ ਗਿਆ ਗੌਰਤਲਬਹਿ ਕੇ ਕਾਗਰਸ ਦੇ ਕਾਰਜਕਾਲ ਦੌਰਾਨ ਸੰਘਰਸ਼ ਕਰ ਰਹੇ ਕੋਈ ਦਫ਼ਤਰੀ ਕਰਮਚਾਰੀਆਂ ਦੀ ਤਨਖਾਹ ਵਿਭਾਗ ਵੱਲੋਂ ਕੱਟ ਦਿੱਤੀ ਗਈ ਸੀ ਕਈ ਮੁਲਾਜ਼ਮਾਂ ਨੂੰ ਦੂਜੇ ਜ਼ਿਲ੍ਹਿਆਂ ਵਿੱਚ ਆਰ ਜੀ ਡਿਊਟੀਆਂ ਤੇ ਲਾਇਆ ਗਿਆ ਮੌਜੂਦਾ ਸਿੱਖਿਆ ਮੰਤਰੀ ਨਾਲ ਜੂਨ ਵਿੱਚ ਹੋਈ ਮੀਟਿੰਗ ਵਿੱਚ ਤਨਖਾਹਾਂ ਵਿੱਚ ਕੀਤੀ ਕਟੌਤੀ ਵਾਪਸ ਲੈਣਾ ਤੇ ਮੁਲਾਜ਼ਮਾਂ ਨੂੰ ਉਹਨਾਂ ਦੀਆਂ ਆਪਣੀਆਂ ਥਾਵਾਂ ਤੇ ਡਿਊਟੀ ਤੇ ਲਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ 2 ਮਹੀਨੇ ਬੀਤ ਜਾਣ ਤੇ ਵੀ ਅਜੇਹਾ ਨਹੀਂ ਹੋ ਸਕਿਆ ਸੋਨੇ ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਜਾ ਰਹੀ ਹੈ ਕਾਰਨ ਤੇ ਤਾਜ਼ਾ ਰੇਟ ਕਮਾਂਤਰੀ ਬਾਜ਼ਾਰ ਵਿੱਚ ਕਮਜ਼ੋਰੀ ਦੇ ਰੁਖ ਵਿਚਾਲੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਥੀ ਕਿ ਨਿਊਜ਼ ਏਜੰਸੀ ਪੀਟੀਆਈ ਨੇ ਐਚਡੀਐਫਸੀ ਸੈਕਿਉਰिटीज ਦੇ ਹਾਵਾਲੇ ਨਾਲ ਕਿਹਾ ਹੈ ਕਿ ਦਿੱਲੀ ਦੇ ਸ਼ਰਾਫਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ 315 ਰੁਪਏ ਦੇ ਕੇ 51679 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ ਹੈ ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਸੋਨੇ ਦੀ ਕੀਮਤ 51994 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਸੀ ਜੇ ਗੱਲ ਕਰੀਏ ਚਾਂਦੀ ਦੀ ਤਾਂ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਜੇ ਦਿੱਲੀ ਸ਼ਰਾਫਾ ਬਾਜ਼ਾਰ ਵਿੱਚ ਚਾਂਦੀ 635 ਰੁਪਏ ਦੇ ਕੇ 55416 ਰੁਪਏ ਪ੍ਰਤੀ ਕਿਲੋਗ੍ਰਾਮ ਤਿਆਗੀ ਤੇ ਕੁਮੰਤਰੀ ਬਾਜ਼ਾਰ ਚ ਸੋਨੇ ਦੀ ਕੀਮਤ 1737 ਡਾਲਰ ਪ੍ਰਤੀ ਔਸਤ ਤੇ ਆ ਗਈ ਜਦ ਕਿ ਚਾਂਦੀ 18.90 ਡਾਲਰ ਪ੍ਰਤੀ ਔਸਤ ਤੇ ਸਥਿਰ ਰਹੀ ਹੈ। ਦੇਸ਼ ਦੇ ਪੰਜ ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ, ਰਾਜਸਥਾਨ ਦੇ ਸੈਂਕੜੇ ਡੈਮ ਓਵਰਫਲੋ। ਦੇਸ਼ ਵਿੱਚ ਕਈ ਰਾਜਾਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਸਭ ਤੋਂ ਮਾੜੀ ਹਾਲਤ ਮੱਧ ਪ੍ਰਦੇਸ਼ ਆ। ਰਾਜਸਥਾਨ, ਹਿਮਾਚਲ, ਉੱਤਰਾਖੰਡ ਅਤੇ ਯੂਪੀ ਦੇ ਕੁਝ ਇਲਾਕਿਆਂ ਦੀਆਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਕਈ ਸ਼ਹਿਰਾਂ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਤੇਜ਼ ਹਵਾਵਾਂ ਦੇ ਨਾਲ ਭਾਰੀ بارش ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋਣ ਦੀ ਸੂਚਨਾ ਹੈ ਦਰੱਖਤਾਂ ਦੇ ਡਿੱਗਣਾ ਤੇ ਬਿਜਲੀ ਦੀ ਸਪਲਾਈ ਬੰਦ ਹੋਣਾ ਤੇ ਇਲਾਕਿਆਂ ਚ ਮੀਂਹ ਦਾ ਪਾਣੀ ਭਰਨ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਦੱਸਦੀ ਹੈ ਕਿ ਇਨ੍ਹਾਂ ਸੂਬੇ ਇਨ੍ਹਾਂ ਸਾਰੇ ਸੂਬੇ ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਮਧ ਪ੍ਰਦੇਸ਼ ਰਾਜਸਥਾਨ ਉੱਤਰ ਪ੍ਰਦੇਸ਼ ਹਿਮਾਚਲ ਅਤੇ ਬਿਹਾਰ ਵਿੱਚ ਪਿਛਲੇ 48 ਘੰਟਿਆਂ ਤੋਂ ਮੀਂਹ ਪੈ ਰਿਹਾ ਹੈ ਉੱਤਰ ਪ੍ਰਦੇਸ਼ ਵਿੱਚ ਗੰਗਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਰਾਜਸਥਾਨ ਵਿੱਚ 200 ਅਤੇ ਮਧ ਪ੍ਰਦੇਸ਼ ਵਿੱਚ 50 ਦੇ ਕਰੀਬ ਛੋਟੇ ਵੱਡੇ ਡੈਮ ਓਵਰਫਲੋ ਹੋ ਗਏ ਨੇ ਪਿਛਲੇ 48 ਘੰਟੇ ਦੌਰਾਨ ਹੋਈ بارش ਕਰ ਰਾਜਸਥਾਨ ਵਿੱਚ ਸੀਜ਼ਨ ਦਾ 20.35 ਇੰਚ ਮੀਂਹ ਪੈ ਚੁੱਕਿਆ ਤੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਹ 25.80% ਜ਼ਿਆਦਾ ਹੈ ਸਾਰੇ ਜ਼ਿਲ੍ਹਿਆਂ ਵਿੱਚ ਔਸਤ ਤੋਂ ਵੱਧ ਮੀਂਹ ਪਿਆ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਹਰਿਆਣਾ ਦੇ ਅਹੁਦੇਦਾਰਾਂ ਨੇ ਇਕੱਠੇ ਦਿੱਤੇ ਅਸਤੀਫੇ ਨਵੀਂ ਪਾਰਟੀ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਰਿਆਣਾ ਦੇ ਕੌਮੀ ਸੂਬਾ ਤੇ ਜ਼ਿਲ੍ਹਾ ਪੱਧਰ ਦੇ ਅਹੁਦੇਦਾਰਾਂ ਦੇ ਨਾਲ ਨਾਲ ਅਸਤੀਫੇ ਦੇ ਦਿੱਤੇ ਗਏ ਨੇ ਹੁਣ ਸਾਰੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਰਾਜ ਵਿੱਚ ਸ਼ਾਮਲ ਹੋਣਗੇ ਨਵੀਂ ਪਾਰਟੀ ਦੇ ਅਹੁਦੇਦਾਰਾਂ ਦੀ ਚੋਣ ਪਤੱਕ ਪੰਜ ਮੈਂਬਰ ਕਰਨਗੇ ਹਰਿਆਣਾ ਦੇ ਮੈਂਬਰਾਂ ਨੇ ਪੰਜਾਬ ਦੇ ਬਦਲ ਪਰਿਵਾਰ ਨੂੰ ਅਲਵਿਦਾ ਕਹਿ ਦਿੱਤੇ ਜਿਸ ਬਾਰੇ ਜਿਸ ਵਿੱਚ ਇਕ ਅਧਿਕਾਰ ਅਤੇ ਮੈਂਬਰਾਂ ਦੇ ਅਧਿਕਾਰਾਂ ਦੀ ਉਲੰਘਣਾ ਸਮੇਤ ਹੋਰ ਦੋਸ਼ ਲਾਏ ਨੇ ਇਸ ਦੇ ਨਾਲ ਹੀ ਹਰਿਆਣਾ ਲਈ ਵੱਖਰੀ ਪਾਰਟੀ ਸ਼੍ਰੋਮਣੀ ਅਕਾਲ ਦਲ ਹਰਿਆਣਾ ਰਾਜ ਦਾ ਗਠਨ ਕੀਤਾ ਗਿਆ ਹੈ ਯੂਪੀਏ ਸੇਵਾਵਾਂ ਤੇ ਨਹੀਂ ਲੱਗੇਗੀ ਕੋਈ ਫੀਸ ਵਿੱਤ ਮੰਤਰਾਲੇ ਨੇ ਕੀਤਾ ਸਪਸ਼ਟ ਸਰਕਾਰ ਨੇ ਯੂਨਾਈਟਿਡ ਪੇਮੈਂਟ ਇੰਟਰਫੇਸ ਯੂਪੀਆਈ ਤੇ ਚਾਰਜ ਲਗਾਉਣ ਦੀਆਂ ਰਿਪੋਰਟਾਂ ਦਾ ਖੰਡਨ ਕੀਤਾ ਵਿੱਤ ਮੰਤਰਾਲੇ ਨੇ ਕਿਹਾ ਕਿ ਯੂਪੀਆਈ ਲੋਕਾਂ ਲਈ ਅਪਯੋਗੀ ਡਿਜੀਟਲ ਸੇਵਾ ਹੈ ਸਰਕਾਰ ਇਸ ਤੇ ਕੋਈ ਡਿਊਟੀ ਨਹੀਂ ਡਿਊਟੀ ਲਗਾਉਣ ਬਾਰੇ ਨਹੀਂ ਸੋਚ ਰਹੀ ਹੈ ਵਿੱਤ ਮੰਤਰਾਲੇ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਯੂਪੀਆਈ ਲੋਕਾਂ ਲਈ ਇੱਕ ਉਪਯੋਗੀ ਸੇਵਾ ਹੈ ਇਸ ਲਈ ਲੋਕਾਂ ਨੂੰ ਵੱਡੀ ਸਹੂਲਤ ਮਿਲਦੀ ਹੈ ਇਹ ਆਰਥਿਕ ਤਨ ਉਤਪਾਦਕਤਾ ਨੂੰ ਵੀ ਵਧਾਉਂਦਾ ਹੈ ਜੇ ਸਰਕਾਰ ਯੂਪੀਆਈ ਸੇਵਾਵਾਂ ਲਈ ਕੋਈ ਚਾਰਜ ਲਗਾਉਣ ਤੇ ਵਿਚਾਰ ਨਹੀਂ ਕਰ ਰਹੀ ਲਾਗਤ ਦੀ ਵਸੂਲੀ ਲਈ ਸੇਵਾ ਪ੍ਰਦਾਤਾਵਾਂ ਦੀ ਇਹ ਚਿੰਤਾਵਾਂ ਹੋਰ ਸਾਧਨਾ ਰਾਹੀਂ ਪੂਰਾ ਕਰਨਾ ਹੋਵੇਗਾ ਹੁਣ ਤੱਕ ਯੂਪੀਆਈ ਰਾਹੀਂ ਲੈਣ ਦੇਣ ਲਈ ਕੋਈ ਚਾਰਜ ਨਹੀਂ ਇਸ ਤੋਂ ਪਹਿਲਾਂ ਪਹਿਲਾਂ ਸਰਕਾਰ ਬੈਂਕ ਨੇ ਯੂਪੀਆਈ ਤੋਂ ਭੁਗਤਾਨ ਤੇ ਚਾਰਜ ਲਗਾਉਣ ਦਾ ਸੰਕੇਤ ਦਿੱਤਾ ਸੀ ਪਰ ਇਸ ਤੇ ਫੇਲੇ ਹਾਲੇ ਰੋਕ ਲਾ ਦਿੱਤੀ ਗਈ ਹੈ ਲੰਪੀ ਰੋਗ ਨਾਲ ਡੇਰੀ ਉਦਯੋਗ ਤੇ ਸਾਇਆ ਸੰਕਟ ਹਲਵਾਈ ਅਤੇ ਡੇਰੀ ਵਾਲਿਆਂ ਨੇ ਦੁੱਧ ਦੇ ਰੇਟ 'ਤੇ 20 ਪੈਸੇ ਪ੍ਰਤੀ ਫੈਟ ਵਧਾਉਣ ਤੇ ਬਣੀ ਸਹਿਮਤੀ ਪਸ਼ੂਆਂ ਵਿੱਚ ਫੈਲੀ ਚਾਮਣੀ ਦੀ ਬਿਮਾਰੀ ਕਹਿੰਦੇ ਡੇਰੀ ਉਦਯੋਗ ਵਿੱਚ ਆਏ ਸੰਕਟ ਕਹਿੰਦੇ ਡੇਰੀਆਂ ਨੂੰ 20 ਪੈਸੇ ਪ੍ਰਤੀ ਫੈਟ ਜ਼ਿਆਦਾ ਦੁੱਧ ਦੇਣ ਵਾਲੇ ਮਠਿਆਈ ਵਾਲੇ 20 ਪੈਸੇ ਅਦਾ ਕਰਨੇ ਪੈਣਗੇ ਹੱਬੋਵਾਲ ਡੇਰੀ ਕੰਪਲੈਕਸ ਦੀ ਯੂਨੀਅਨ ਨੇ ਡੇਰੀ ਵੱਲੋਂ ਕੀਤੀ ਗਈ ਮੰਗ ਤੇ ਲੁਧਿਆਣਾ ਕਨਫੈਕਸ਼ਨਰੀ ਐਸੋਸੀਏਸ਼ਨ ਦੇ ਨੇ 20 ਪੈਸੇ ਪ੍ਰਤੀ ਚਾਰਬੀ ਦਾ ਵਾਧਾ ਕਰਨ ਦੀ ਹਾਮੀ ਭਰੀ ਹੈ ਦੋਹਾਂ ਜਥੇਬੰਦੀਆਂ ਦੀ ਮੀਟਿੰਗ ਵਿੱਚ ਇਸ ਤੇ ਸਹਿਮਤੀ ਬਣੀ ਇਸ ਮੀਟਿੰਗ ਵਿੱਚ ਡੇਰੀ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਆਪਣੀ ਮਜਬੂਰੀ ਜ਼ਾਹਰ ਕਰਦੇ ਕਿ ਪਸ਼ੂ ਵਿੱਚ ਗੰਦੀ ਬਿਮਾਰੀ ਫੈਲ ਰਹੀ ਹੈ ਡੇਰੀ ਦਾ ਧੰਦਾ ਮੁਸੀਬਤ ਵਿੱਚ ਹੈ ਕਈ ਦੁੱਧਾਰੂ ਪਸ਼ੂਆਂ ਦੀ ਮੌਤ ਹੋ ਚੁੱਕੀ ਜਦਕਿ ਕਈ ਪਸ਼ੂ ਇਸ ਵੀ ਮਾਇਦਾ ਸ਼ਿਕਾਰ ਹੋ ਚੁੱਕੇ ਨੇ ਇਸ ਕਨ ਡੇਰੀ ਧੰਦੇ ਨੂੰ ਕਾਫੀ ਨੁਕਸਾਨ ਹੋਇਆ ਤੇ ਦੁੱਧ ਦਾ ਉਤਪਾਦਨ ਵੀ ਘਟਿਆ ਹੈ ਇਸ ਲਈ ਦੁੱਧ ਦੇ ਰੇਟਾਂ ਵਿੱਚ ਜਿਹੜਾ ਮਾਮੂਲੀ ਵਾਧਾ ਹੋ ਸਕਦਾ ਹੈ ਤਾਂ ਦੋਸਤੋ ਅਸੀਂ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾ ਤਰੀਨਾਂ ਵੱਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਜੇ ਸਾਡੇ ਦੁਆਰਾ ਦਿੱਤੀਆਂ ਜਾਂ ਖਬਰਾਂ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਆਪਣੀ ਜਾਣਕਾਰੀ ਨੂੰ ਵਾਰਤਵਾਦ ਲਾਈਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਦੋਸਤੋ ਅਸੀਂ ਮਿਲਦੇ ਹਾਂ ਜੇ ਅਗਲੇ ਦਿਨ ਨਹੀਂ ਆ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੁੰਦਲੀ ਹੈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ